ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਕਿ ਪੰਜਾਬ ਦੇ ਵਿੱਚ ਜਿੰਨਾ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਪੜ੍ਹਨ ਤੇ ਪਾਬੰਦੀ ਲਾਈ ਜਾਂਦੀ ਹੈ ਜਾਂ ਬੱਚਿਆਂ ਨੂੰ ਰੋਕਿਆ ਜਾਂਦਾ ਹੈ ਰੌਲਾ ਪਿਆ ਹੋਵੇ ਬਹੁਤ ਵਾਰ ਪਹਿਲਾਂ ਵੀ ਇਹਨਾਂ ਗੱਲਾਂ ਤੇ ਰੌਲਾ ਪੈ ਚੁੱਕਾ ਹੈ ਧਰਨੇ ਵੀ ਲੱਗ ਚੁੱਕੇ ਆ ਪਰ ਫਿਰ ਵੀ ਨਹੀਂ ਸਮਝਾ ਰਹੀ ਕਿ ਅਸੀਂ ਕਦੋਂ ਜਾਗਾਂਗੇ ਜੇ ਅਸੀਂ ਪੂਰੇ ਭਾਰਤ ਦੇਸ਼ ਦੀ ਗੱਲ ਕਰੀਏ ਬਹੁਤ ਸਟੇਟਾਂ ਅਸੀਂ ਹੈਗੀਆਂ ਨੇ ਜਿਨ੍ਹਾਂ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਜਿਵੇਂ ਕਿ ਬੰਗਾਲ ਦੇ ਵਿੱਚ ਜਾਈਏ ਤੇ ਉੱਥੇ ਬੰਗਾਲੀ ਭਾਸ਼ਾ ਵਿੱਚ ਜਿਹੜੇ ਆ ਉਹ ਆਪਣੀਆਂ ਦੁਕਾਨਾਂ ਦੇ ਸਾਈਨ ਜਿਹੜੇ ਆ ਉਹ ਨਾਮ ਲਿਖੇ ਮਿਲਣਗੇ ਜਿਹੜੇ ਰੋਡ ਤੇ ਸਾਈਨ ਬੋਰਡ ਆ ਉਹ ਵੀ ਬੰਗਾਲੀ ਵਿੱਚ ਲਿਖੇ ਮਿਲਣਗੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਅਸੀਂ ਉਹਨਾਂ ਸਟੇਟਾਂ 'ਤੇ ਜਾਂਦੇ ਹਾਂ ਜੇਕ ਡਾਕਟਰ ਨੇ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਉਹਨੇ ਸਭ ਤੋਂ ਮੋٹے ਅੱਖਰਾਂ ਦੇ ਵਿੱਚ ਉਥੇ ਬੰਗਾਲੀ ਭਾਸ਼ਾ ਲਿਖੀ ਆ ਦੂਜੇ ਨੰਬਰ 'ਤੇ ਉਹਨੇ ਹਿੰਦੀ ਜਾਂ ਇੰਗਲਿਸ਼ ਇਹਨਾਂ ਭਾਸ਼ਾਵਾਂ ਵਿੱਚ ਆਪਣੀ ਕਲੀਨਿਕ ਦਾ ਨਾਮ ਲਿਖਿਆ ਹੋਇਆ ਹੈ ਇਦਾਂ ਜੇ ਗੁਜਰਾਤ ਚਲ ਜਾਓ ਗੁਜਰਾਤੀ ਦੇ ਵਿੱਚ ਸਾਈਨ ਬੋਰਡ ਲੱਗੇ ਹੋਏ ਨੇ ਵੱਡੇ ਵੱਡੇ ਟਰਾਂਸਪੋਰਟਰ ਮੈਂ ਖੁਦ ਵੇਖਿਆ ਜਿਹੜੇ ਆਪਣੇ ਭਾਵੇਂ ਇੰਜ ਕਹਿ ਲੋ ਕਿ ਉਹ ਪੰਜਾਬੀ ਆਪਣੇ ਵੀ ਹੈਗੇ ਆ ਫਿਰ ਵੀ ਉਹਨਾਂ ਨੇ ਉਹਨਾਂ ਉਸ ਸਟੇਟ ਵਿੱਚ ਰਹਿ ਕੇ ਉਹਨਾਂ ਨੇ ਗੁਜਰਾਤੀ ਭਾਸ਼ਾ ਵਿੱਚ ਆਪਣੀਆਂ ਜਿਹੜੀਆਂ ਟਰਾਂਸਪੋਰਟਾਂ ਦੇ ਮੋਟੇ ਅੱਖਰਾਂ ਤੇ ਨਾਮ ਲਿਖੇ ਹੋਏ ਆ ਕਿਉਂਕਿ ਕੁਦਰਤੀ ਗੱਲ ਆ ਕਿ ਜਦੋਂ ਉਹ ਉਸ ਸਟੇਟ ਵਿੱਚ ਰਹਿ ਰਹੇ ਆ ਤੇ ਉਸ ਭਾਸ਼ਾ ਵਿੱਚ ਉਸ ਲੈਂਗੁਏਜ ਵਿੱਚ ਲਿਖਣ ਤੇ ਉਹਨਾਂ ਨੂੰ ਕੋਈ ਮਤਲਬ ਮੇਰੇ ਖਿਆਲ ਵਿੱਚ ਦਿੱਕਤ ਵੀ ਕੋਈ ਨਹੀਂ ਇਦਾਂ ਹੀ ਜਦੋਂ ਆਪਾਂ ਦੂਜੀਆਂ ਸਟੇਟਾਂ ਦੀ ਗੱਲ ਕਰਦੇ ਆ ਤੁਸੀਂ ਮਹਾਰਾਸ਼ਟਰal ਜਾਓ ਉੱਥੇ ਮਰਾਠੀ ਭਾਸ਼ਾ ਵਿੱਚ ਵਾ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਜਦੋਂ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਉੱਥੇ ਬੱਚੇ ਪੜ੍ਹਦੇ ਆ ਜੇ ਆਪਾਂ ਬੰਗਾਲ ਦੀ ਗੱਲ ਕਰੀਏ ਤੇ ਬੰਗਾਲ ਦੇ ਵਿੱਚ ਸਰਦਾਰਾਂ ਦੇ ਸਕੂਲ ਵਿੱਚ ਸਾਨੂੰ ਪਿਛਲੇ ਸਮੇਂ ਜਾਣ ਦਾ ਮੌਕਾ ਮਿਲਿਆ ਤੇ ਸਾਨੂੰ ਬਹੁਤ ਪਿਆਰ ਨਾਲ ਉਸਦੇ ਸਾਰੇ ਪ੍ਰਬੰਧਕਾਂ ਨੇ ਸਟਾਫ ਦੇ ਨਾਲ ਮਿਲਾਇਆ ਜਿਹੜੇ ਉਸ ਦਾ ਟੀਚਿੰਗ ਸਟਾਫ ਸੀ ਉਹ ਵੀ ਉੱਥੋਂ ਦਾ ਸੀ ਉਹਨਾਂ ਵਿੱਚੋਂ ਕਈ ਬੰਗਾਲੀ ਵੀ ਸੀ ਇੱਕ ਦੋ ਪੰਜਾਬੀ ਵੀ ਹੈਗੇ ਸੀ ਸਭ ਤੋਂ ਜਿਹੜੀ ਮਹੱਤਵਪੂਰਨ ਗੱਲ ਆ ਕਿ ਉਹਨਾਂ ਸਕੂਲਾਂ ਦੇ ਵਿੱਚ ਬੰਗਾਲੀ ਭਾਸ਼ਾ ਪੜਨ ਤੇ ਬੋਲਣ ਤੇ ਕੋਈ پابੰਦੀ ਨਹੀਂ ਹੈ ਕਹਿੰਦੇ ਵੀ ਜਦੋਂ ਤੁਸੀਂ ਇਸ ਸਟੇਟ ਵਿੱਚ ਰਹਿ ਰਹੇ ਜੇ ਠੀਕ ਹੈ ਉੱਥੇ ਪੰਜਾਬੀ ਦੇ ਪੀੜ ਵੀ ਲੱਗਦੇ ਆ ਤੇ ਬੰਗਾਲੀ ਭਾਸ਼ਾ ਵਿੱਚ ਬੋਲਣ ਪੜਨ ਤੇ ਕੋਈ ਪਉਂਦੀ ਨਹੀਂ ਪਰ ਸਭ ਤੋਂ ਜਿਹੜੀ ਖਤਰਨਾਕ ਗੱਲ ਜਿਹੜੀ ਸਾਨੂੰ ਲੱਗ ਰਹੀ ਆ ਕਿ ਜਦੋਂ ਪੰਜਾਬ ਦੇ ਵਿੱਚ ਜਿਹੜੇ ਸਕੂਲ ਖੁੱਲੇ ਹੋਏ ਆ ਠੀਕ ਹੈ ਤੁਸੀਂ ਇੱਥੇ ਹਿੰਦੀ ਪੜ੍ਹਾਓ ਤੁਸੀਂ ਬੱਚਿਆਂ ਨੂੰ ਇੰਗਲਿਸ਼ ਪੜ੍ਹਾਓ ਪੜਾਉਣੀ ਚਾਹੀਦੀ ਹੈ ਕਿਉਂਕਿ ਜਿਹੜੀ ਇੰਗਲਿਸ਼ ਦੀ ਆਪਾਂ ਗੱਲ ਕਰਦੇ ਆਂ ਤੇ ਇੱਕ ਪੂਰੇ ਦੇਸ਼ ਦੀ ਇੱਕ ਭਾਸ਼ਾ ਬਣ ਚੁੱਕੀ ਆ ਤੇ ਹਰ ਥਾਂ ਤੇ ਇਹਦੀ ਬੱਚਿਆਂ ਨੂੰ ਜ਼ਰੂਰਤ ਪੈਂਦੀ ਆ ਪਰ ਪੰਜਾਬੀ ਦੇ ਉੱਤੇ ਤੇ ਪਾਬੰਦੀ ਨਾ ਲੱਗਣੀ ਚਾਹੀਦੀ ਬਹੁਤ ਮਾਪੇ ਆ ਜਿਹੜੇ ਜੁਰਮਾਨੇ ਭਰ ਚੁੱਕੇ ਆ ਜੇ ਕਿਤੇ ਉਹਦਾ ਬੱਚਾ ਪੰਜਾਬੀ ਬੋਲਦਾ ਵਾ ਤੇ ਉਹਨਾਂ ਨੂੰ ਜੁਰਮਾਨੇ ਕੀਤੇ ਜਾਂਦੇ ਸਕੂਲਾਂ ਵੱਲੋਂ ਮੈਂ ਕਹਿੰਦਾ ਧਰਨਿਆਂ ਦੀ ਲੋੜ ਨਾ ਪਵੇ ਰੌਲਾ ਪਵੇ ਨਾ ਜੇ ਕਿਤੇ ਸਾਡੇ ਮਾਪੇ ਸਹਿਤ ਹੋ ਜਾਣ ਜਦੋਂ ਤੁਹਾਡੇ ਬੱਚੇ ਉਹਨਾਂ ਸਕੂਲਾਂ ਵਿੱਚ ਜਾਂਦੇ ਆ ਜਦੋਂ ਉਹਨਾਂ ਨੂੰ ਇਹਨਾਂ ਗੱਲਾਂ ਦਾ ਕਿਤੇ ਸਾਹਮਣਾ ਕਰਨਾ ਪੈਂਦਾ ਵਾ ਖੁਦ ਮਾਪੇ ਜਾਣ ਜਾ ਕੇ ਆਪ ਸਟਾਫ ਨਾਲ ਗੱਲ ਕਰਨ ਪ੍ਰਬੰਧਕਾਂ ਨਾਲ ਗੱਲ ਕਰਨ ਜੀ ਸਾਡੇ ਬੱਚੇ ਪੰਜਾਬੀ ਆਸੀਂ ਕਿਸੇ ਭਾਸ਼ਾ ਦੇ ਵਿਰੋਧ ਨਹੀਂ ਆ ਪਰ ਸਾਡੇ ਬੱਚੇ ਇੰਗਲਿਸ਼ ਵੀ ਬੋਲਣ ਹਿੰਦੀ ਬੋਲਣ ਪਰ ਇਹਨਾਂ ਨੂੰ ਪੰਜਾਬੀ ਜਿਹੜੀ ਆ ਬੋਲਣ ਦੇ ਉੱਤੇ ਪੜਨ ਤੇ ਰੋਕ ਨਹੀਂ ਲੱਗਣੀ ਚਾਹੀਦੀ ਜਿਵੇਂ ਦਸਤਾਰ ਬਾਰੇ ਗੱਲ ਕੀਤੀ ਜਾ ਰਹੀ ਆ ਕਿ ਦਸਤਾਰਾ ਲਵਾਉਣ ਦੀ ਗੱਲ ਕੀਤੀ ਜਾਂਦੀ ਆ ਜਾਂ ਕੜੇ ਕੜੇ ਲਵਾਉਣ ਦੀ ਗੱਲ ਕੀਤੀ ਜਾਂਦੀ ਆ ਮੇਰੇ ਹਿਸਾਬ ਦੇ ਨਾਲ ਇਹਨਾਂ ਗੱਲਾਂ ਵੱਲ ਸਾਨੂੰ ਸਾਡੇ ਜਿਹੜੇ ਮਾਪੇ ਆ ਖਾਸ ਕਰਕੇ ਜਿਹੜੇ ਆ ਉਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੋ ਕੋਈ ਜੋ ਦੂਜੀਆਂ ਸਟੇਟਾਂ ਵਿੱਚ ਜਿਹੜੇ ਬੱਚੇ ਪੜਨ ਵਾਸਤੇ ਹੁੰਦੇ ਜਿਹੜੋਂ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੁੰਦਾ ਤੇ ਇਹ ਪੰਜਾਬ ਦੇ ਵਿੱਚ ਜਦੋਂ ਅੱਗੋਂ ਪਿਛੋਂ ਅਸੀਂ ਗੱਲਾਂ ਕਰਦੇ ਜਿਹੜੇ ਸਰਦਾਰ ਆ ਹਰ ਥਾਂ ਤੇ ਤਗੜੇ ਹੋ ਕੇ ਪਹੁੰਚ ਜਾਂਦੇ ਆ ਜਗਤੇ ਕੋ ਕਾਲ ਪੈਂਦਾ ਵਾ ਜਾਂ ਕਿਤੇ ਕੋਈ ਮਤਲਬ ਭਝਾਲ ਹੁੰਦਾ ਵਾ ਪਾਣੀ ਆ ਜਾਂਦਾ ਵਾ ਤੇ ਜਿਹੜੇ ਸਾਡੇ ਪੰਜਾਬੀ ਆ ਇਹ ਸੇਵਾ ਕਰਨਗੇ ਇਹ ਨਹੀਂ ਵਿਖਦੇ ਵੀ ਇਹ ਇਹ ਹਿੰਦੂ ਆ ਜਾਂ ਮੁਸਲਮਾਨ ਆ ਜਾਂ ਸਿੱਖ ਵਾ ਤੁਸੀਂ ਵੇਖਿਆ ਹੋਏਗਾ ਕਿ ਦੂਜੀਆਂ ਜਿਹੜੇ ਆ ਕਮਾਲ ਦੀ ਗੱਲ ਆ ਵੀ ਉਹ ਜਿਹੜੇ ਆ ਸਟੇਟਾਂ ਦੇ ਬੰਦੇ ਆਣ ਕੇ ਰਾਜ ਕੇ ਤਾਰੀਫ ਕਰਦੇ ਕਿ ਅਸੀਂ ਰੱਬ ਨੂੰ ਪਾਣੀ ਵਿੱਚ ਤੁਰਦੇ ਵੇਖਿਆ ਸਿੱਖਾਂ ਦੇ ਰੂਪ ਦੇ ਵਿੱਚ ਪਰ ਜਦੋਂ ਇਹ ਗੱਲ ਆਉਂਦੀ ਆ ਉਦੋਂ ਅਸੀਂ ਸਾਰੇ ਚੁੱਪ ਕਿਉਂ ਕਰ ਜਾਂਦੇ ਆ ਉਦੋਂ ਕਿਉਂ ਨਹੀਂ ਕਹਿੰਦੇ ਵੀ ਇੱਥੇ ਹਰ ਬੰਦਾ ਨਾਲੇ ਪੰਜਾਬੀ ਕੱਲਿਆ ਸਿੱਖ ਨਹੀਂ ਬੋਲਦੇ Hindu ਵੀ ਬੋਲਦੇ ਆ ਪਾਕਿਸਤਾਨ ਚਲ ਜਿਓ ਉਥੇ ਪੰਜਾਬੀ ਆਪਣੇ ਮੁਸਲਮਾਨ ਸਾਡੇ ਭਰਾ ਵੀ ਬੋਲਦੇ ਆ ਤੁਸੀਂ ਕੈਨੇਡਾ ਜਾਓ ਵੈਨਕੂਰ ਦੇ ਵਿੱਚ ਜੀਆਂ ਇਹਨੂੰ ਪੰਜਾਬੀ ਚ ਲਿਖਿਆ ਉਥੇ ਇੰਗਲੈਂਡ ਚਲ ਜਿਓ ਜਿਹੜੇ ਅੰਦਰ 에어ਪੋਰਟ ਦੇ ਅੰਦਰ ਜਿਹੜੇ ਅੰਦਰ ਦੀਆਂ ਹਦਾਇਤਾਂ ਨੇ ਉਥੇ ਪੰਜਾਬੀ ਚ ਨਾਲ ਬਹੁਤ ਜਿਆਦੀਆਂ ਲਿਖੀਆਂ ਹੋਈਆਂ ਤੇ ਇੰਜ ਲੱਗਦਾ ਬੰਦੇ ਨੂੰ ਵੀ ਯਾਰ ਮੈਂ ਪੰਜਾਬ ਚ ਬੈਠਾ ਆ ਕਿ ਬਾਹਰ ਬੈਠਾ ਬਾਰਲੀਆਂ ਕੰਟਰੀਆਂ ਵਿੱਚ ਅਗਲਿਆਂ ਨੇ ਆਪਣੀਆਂ ਜਿਹੜੀਆਂ ਮਤਲਬ ਇਹ ਜਿਹੜਾ ਸਟਰੀਟਾਂ ਤੇ ਨਾਂ ਜਿਹੜੇ ਪੰਜਾਬੀਆਂ ਚ ਲਿਖੀ ਪੰਜਾਬੀ ਚ ਲਿਖੀ ਹੋਏ ਆ ਸਾਨੂੰ ਕਦੀ ਦਿੱਕਤ ਆ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਕਿਤਨਾ ਕਿਤੇ ਕਸੂਰ ਵਾਰ ਅਸੀਂ ਖੁਦ ਆਪ ਵੀ ਹੈਗੇ ਸਾਡੇ ਆਪਣੇ ਬੰਦਿਆਂ ਨੇ ਆਪਣੀਆਂ ਦੁਕਾਨਾਂ ਦੇ ਨਾਮ ਜਿਹੜੇ ਆ ਕਈ ਵਾਰੀ ਮੋਟੇ ਅਕਰਾਂ ਦੇ ਵਿੱਚ ਇੰਗਲਿਸ਼ ਵਿੱਚ ਲਿਖੇ ਹੁੰਦੇ ਆ ਦੁਕਾਨ ਤੁਹਾਡੀ ਪੰਜਾਬ ਚ ਹੋਵੇ ਮੈਂ ਕਹਿੰਦਾ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਲਿਖੋ ਪਰ ਮੋٹے ਅੱਖਰਾਂ ਵਿੱਚ ਪਹਿਲਾਂ ਤੁਸੀਂ ਪੰਜਾਬੀ ਵਿੱਚ ਲਿਖੋ ਦੂਜੇ ਨੰਬਰ ਉੱਤੇ ਭਾਵੇਂ ਹਿੰਦੀ ਲਿਖ ਲਓ ਤੁਸੀਂ ਇੰਗਲਿਸ਼ ਲਿਖ ਲਓ ਤੁਹਾਨੂੰ ਕੋਈ ਮਨਾਈ ਨਹੀਂ ਹੈਗੀ ਆਪਣੇ ਘਰਾਂ ਦੇ ਸਾਈਨ ਬੋਰਡ ਇੱਥੋਂ ਸਾਨੂੰ ਮਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਹਵਾ ਵੀ ਹਰ ਬੰਦਾ ਆਪਣੇ ਜਿਹੜਾ ਵਾ ਉਹ ਇਸ ਬੰਨੋਂ ਪੱਖੋਂ ਸचेਤ ਹੋਵੇ ਇਸ ਬੰਨੇ ਅਸੀਂ ਆਪਣੇ ਆਪ ਨੂੰ ਤੋਰਨ ਦਾ ਯਤਨ ਕਰੀਏ ਆੜੇ ਧਰਨੇ ਮਜਾਰੇ ਆ ਮੇਰੇ ਖਿਆਲ ਚ ਇਹਨਾਂ ਦੀ ਜ਼ਰੂਰਤ ਪਵੇ ਨਾ ਜੇ ਅਸੀਂ ਸਾਰੇ ਜਾਗੀਏ ਤੇ ਨਾਲੇ ਪੰਜਾਬ ਦੇ ਵਿੱਚ ਜਿਹੜੇ ਸਕੂਲ ਗੁਰੂਆਂ ਦੇ ਨਾਂ ਤੇ ਆ ਧਿਆਨ ਮਾਰ ਕੇ ਵੇਖੋ ਕਿਤੇ ਉਹ ਉੱਥੇ ਤੇ ਨਹੀਂ ਇਹ ਕੰਮ ਨਾਲੇ ਪਿਛਲੇ ਦਿਨੀ ਹਰ ਇੱਕ ਬੰਦੇ ਨੇ ਆਵਾਜ਼ ਉਠਾਈ ਆ ਕਿ ਜਿੰਨਾ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਪੜ੍ਹਨ ਤੇ ਲਿਖਣ ਤੇ ਪਾਬੰਦੀ ਲਾ ਰਹੇ ਆ ਉਹਨਾਂ ਸਕੂਲਾਂ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਤੇ ਉਹ ਸਭ ਤੋਂ ਵਧੀਆ ਤਰੀਕਾ ਕਿ ਮਾਪੇ ਜਾ ਕੇ ਉੱਥੇ ਗੱਲ ਕਰਨ ਪਾਸਿਓਂ ਦੂਜੇ ਨੂੰ ਜਾ ਕੇ ਦਖਲ ਦੇਣ ਦੀ ਲੋੜ ਹੀ ਨਾ ਪਵੇ ਕਈ ਵਾਰ ਐਸਾ ਹੁੰਦਾ ਕਿ ਪਾਸਿਓਂ ਜਾ ਕੇ ਉਹ ਉਹ ਜਾ ਕੇ ਗੱਲ ਕਰਦੇ ਆ ਤੇ ਮਾਪੇ ਕਈ ਵਾਰ ਉਹ ਸਕੂਲ ਵਾਲੇ ਦੇ ਹੱਕ 'ਚ ਪਹੁੰਚ ਜਾਂਦੇ ਆ ਤੋ ਇਸ ਕਰਕੇ ਇਹ ਮੁੱਦਾ ਸਾਡਾ ਸਾਰਿਆਂ ਦਾ ਸਾਂਝਾ ਆ ਵਦੇਸ਼ਾਂ ਵਿੱਚ ਮੈਂ ਅਹੀਂ ਵੇਖਿਆ ਵਾ ਕਿ ਉੱਥੇ ਏਡੀ ਠੇਠ ਬੱਚੇ ਪੰਜਾਬੀ ਬੋਲਦੇ ਆ ਕਿਉਂਕਿ ਮਾਂ-ਬਾਪ ਨੇ ਧਿਆਨ ਦਿੱਤਾ ਵਾ ਇੱਥੇ ਤੁਸੀਂ ਸ਼ਹਿਰਾਂ ਚਲ ਜਓ ਆ ਦਿੱਲੀ ਵੇਖ ਲਓ ਤੁਸੀਂ ਜਿਹੜੇ ਸ਼ਹਿਰਾਂ ਦੇ ਬੱਚੇ ਆ ਆਮ ਹੀ ਸਾਡੇ ਘਰਾਂ ਵਿੱਚ ਹਿੰਦੀ ਦੇ ਸ਼ਬਦ ਆ ਗਏ ਅਸੀਂ ਤੂੰ ਕਹਾਂ ਗਏ ਸੀ ਤੇ ਪੰਜਾਬੀ ਚ ਅਹੀਂ ਸ਼ਬਦੀ ਛੱਡ ਬੈਠੇ ਪੁੱਤ ਤੂੰ ਕਿੱਥੇ ਗਿਆ ਸੀ ਥੋੜਾ ਧਿਆਨ ਦੇ ਲਿਓ ਨਾ ਆ ਦਿੱਲੀ ਜਾਣ ਦਾ ਮੌਕਾ ਮਿਲਦਾ ਉੱਥੇ ਖੁਦ ਸਾਨੂੰ ਸਰਦਾਰ ਵੀਰ ਕਹਿੰਦੇ ਆ ਅਸੀਂ ਕਾਨਪੁਰ ਜਾਂਦੇ ਆ ਕਈ ਵੀਰ ਸਾਡੇ ਆਪਸ ਵਿੱਚ ਪੰਜਾਬੀ ਜੀ ਨੂੰ ਗੱਲਾਂ ਕਰਦੇ ਆ ਤੇ ਉਹ ਪੰਜਾਬੀ ਛੱਡ ਹੀ ਚੁੱਕੇ ਆ ਕਈ ਵਿਦੇਸ਼ਾਂ 'ਚ ਬੈਠੇ ਏਡੀ ਠੇਠ ਪੰਜਾਬੀ ਬੋਲਦੇ ਆ ਕਈ ਇਹੀ ਆਪਣੇ ਦੇਸ਼ ਵਿੱਚ ਰਹਿ ਕੇ ਅਸੀਂ ਪੰਜਾਬੀ ਜਿਹੜੀ ਉਹ ਛੱਡ ਚੁੱਕੇ ਆ ਕਿਤੇ ਨਾ ਕਿਤੇ ਸਾਨੂੰ ਸਾਰਾ ਕੁਝ ਵੇਖਣਾ ਪੈਣਾ ਪੰਜਾਬੀ ਬੋਲਣ ਨਾਲ ਤੁਸੀਂ ਪਛੜੇ ਹੋਏ ਨਹੀਂ ਲੱਗੋਗੇ ਇਹ ਇਹ ਆਪਣੇ ਦਿਮਾਗ 'ਚੋਂ ਕੀੜਾ ਸਾਨੂੰ ਕੱਢਣ ਦੀ ਜ਼ਰੂਰਤ ਹੋ ਆ ਖਾਸ ਕਰਕੇ ਇੱਕ ਧਿਆਨ ਦੇਣ ਦੀ ਲੁੜਾ ਕਿ ਆਪਣੇ ਪਰਿਵਾਰਾਂ ਵਿੱਚ ਤੁਸੀਂ ਘੱਟੋ ਘੱਟ ਪੰਜਾਬੀ ਬੋਲੋ ਆਪਣੇ ਬੱਚਿਆਂ ਨਾਲ ਤੇ ਪੰਜਾਬੀ 'ਚ ਗੱਲ ਕਰੋ ਤੇ ਖਾਸ ਕਰਕੇ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਨਾਲ ਸਕੂਲਾਂ 'ਚ ਪੜਦੇ ਆ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਜਦੋਂ ਤੁਸੀਂ ਸੁਚੇਤ ਹੋਗੇ ਇਹ ਉਹਦਣੀ ਠੱਲ ਪੈ ਜਾਣੀ ਆ ਕਿਉਂਕਿ ਇੱਕ ਚੇਤਾ ਰੱਖਣਾ ਸਵਾਰੀਆਂ ਸਿਰ ਤੇ ਬਸਾਂ ਚਲਦੀਆਂ ਜੇ ਇੱਕ ਡਰਾਈਵਰ ਦੇ ਘਰ ਰੋਟੀ ਪੱਕਦੀ ਹੈ ਤੇ ਸਵਾਰੀਆਂ ਸਿਰ ਤੇ ਪੱਕਦੀ ਆ ਜੇ ਟਰਾਂਸਪੋਰਟਰ ਜਿਹੜਾ ਬਸਾਂ ਦਾ ਮਾਲਕ ਹੈ ਜੇ ਉਹਦੇ ਘਰ ਰੋਟੀ ਪੱਕਦੀ ਹੈ ਤੇ ਸਵਾਰੀਆਂ ਸਿਰ ਤੇ ਪੱਕਦੀ ਆ ਜੇ ਅੱਜ ਕੋਈ ਬਸਾਂ ਵਿੱਚ ਨਾ ਚੜੇ ਤੇ ਟਰਾਂਸਪੋਰਟਰ ਦੇ ਘਰ ਰੋਟੀ ਨਹੀਂ ਪੱਕੂਗੀ ਡਰਾਈਵਰ ਕਨੈਕਟਰ ਦੇ ਘਰ ਰੋਟੀ ਨਹੀਂ ਪੱਕੂਗੀ ਸੇਮ ਸਕੂਲ ਵੀ ਇਦਾਂ ਹੀ ਆ ਜੇ ਬੱਚੇ ਸਕੂਲ ਜਾਣਗੇ ਨਾ ਤੇ ਸਟਾਫ ਦੀ ਤਨਖਾਹ ਨਿਕਲਣੀ ਆ ਬੱਚੇ ਸਕੂਲ ਜਾਣਗੇ ਤੇ ਜਿਹੜੇ ਉਥੋਂ ਦਾ ਟਰਸਟ ਵਾ ਜੋ ਵੀ ਉਸਦੇ ਖਰਚੇ ਤਾਂ ਪੂਰੇ ਹੋਣੇ ਆ ਇਹ ਤਾਂ ਸਕੂਲਾਂ ਵਾਲੇ ਘਰਾਂ ਤੱਕ ਆਉਂਦੇ ਆ ਬੱਚੇ ਲੈਣ ਵਾਸਤੇ ਥੋੜਾ ਜਿਹਾ ਤੁਹਾਨੂੰ ਸਟੇ ਟ ਹੋਣ ਦੀ ਜਰੂਰਤ ਆ ਕਿ ਥੋੜਾ ਜਿਹਾ ਤੁਸੀਂ ਪਹਿਰਾ ਦਿਓਗੇ ਮੈਨੂੰ ਅੱਜ ਵੀ ਯਾਦ ਹੈ ਸਾਡੀ ਭਨੇਵੀ ਸਕੂਲ ਵਿੱਚ ਪੜ੍ਹਦੀ ਸੀ ਤੇ ਇੱਕ ਵਾਰੀ ਕਿਉਂਕਿ ਉਹਨੂੰ ਸ਼ੁਰੂ ਤੋਂ ਆਦਤ ਸੀ ਅਸੀਂ ਬੱਚਿਆਂ ਨੂੰ ਆਤਪਾਸ਼ ਵੀ ਸਿਰ ਤੇ ਚੁੰਨੀ ਲੈ ਕੇ ਤੁਸੀਂ ਆਪਣੇ ਸਕੂਲ ਵਿੱਚ ਜਾਣਾ ਤੇ ਬੱਚੇ ਆਪਣੇ ਬਹੁਤ ਸੋਹਣੇ ਤਰੀਕੇ ਨਾਲ ਸਿਰ ਟਾਕੇ ਜਾਂਦੇ ਸੀ ਉਹਨੂੰ ਪ੍ਰਿੰਸੀਪਲ ਨੇ ਕਹਿ ਦਿੱਤਾ ਕਿ ਕਿ ਬੇਟਾ ਤੂੰ ਕੀ ਮਾਵਾ ਮੰਗੂ ਜਿਵੇਂ ਵੱਡੀ ਉਮਰ ਦੀਆਂ ਮਾਵਾ ਹੁੰਦੀਆਂ ਸਿਰ ਤੇ ਚੁੰਨੀ ਲੈ ਕੇ ਆਉਂਦੀਆਂ ਤੇ ਹਾਂ ਜਦੋਂ ਘਰ ਰਣ ਕੇ ਦੱਸਿਆ ਤੇ ਸਾਨੂੰ ਪਤਾ ਲੱਗਾ ਕਿ ਅਸੀਂ ਉਹ ਸਕੂਲ ਵਿੱਚ ਖੁਦ ਆ ਪਹੁੰਚ ਕੀਤੀ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੇ ਤੁਹਾਨੂੰ ਕੋਤਰਾ ਜਾਤੇ ਸੀ ਅਸੀਂ ਆਪਣੇ ਬੱਚਿਆਂ ਨੂੰ ਇਸ ਸਕੂਲ ਚੋਂ ਹਟਾ ਲੈਨੇ ਆ ਉਹ ਕਹਿੰਦੇ ਜੀ ਕੀ ਗੱਲ ਤੁਸੀਂ ਚੁੰਨੀ ਬਾਰੇ ਕਿਉਂ ਗੱਲ ਕਹੀ ਹੈ ਤੇ ਉਹਨਾਂ ਨੇ ਉਹ ਖਿਮਾ ਮੰਗੀ ਤੇ ਅੱਗੇ ਤੋਂ ਨਹੀਂ ਰੁਕਿਆ ਪਲੱਸ 2 ਸਾਡੀ ਭਾਣਜੀ ਨੇ ਉਸੇ ਸਕੂਲ ਵਿੱਚ ਕੀਤੀ ਤੇ ਦੁਬਾਰਾ ਚੁੰਨੀ ਬਾਰੇ ਪ੍ਰਿੰਸੀਪਲ ਨੇ ਕੁਐਸਚਨ ਨਹੀਂ ਕੀਤਾ ਨਾ ਕਿਸੇ ਸਟਾਫ ਦੇ ਮੈਂਬਰ ਨੇ ਕੁਐਸਚਨ ਕੀਤਾ ਜਦੋਂ ਤੁਸੀਂ ਪਹਿਰਾ ਦੇਣਾ ਸ਼ੁਰੂ ਕਰਤਾ ਸਕੂਲ ਵਾਲੇ ਤੁਹਾਡੇ ਇਸ ਨਿੱਜੀ ਕੰਮ ਵਿੱਚ ਦਖਲ ਨਹੀਂ ਦੇਣਗੇ ਥੋੜਾ ਜਿਹਾ ਸਾਨੂੰ ਇਸ ਬਨੇ ਜਿਹੜਾ ਵਾ ਉਹ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਤੇ ਬਹੁਤੇ ਥਾਂ ਤੇ ਤੇ ਮਾਪੇ ਹੀ ਆਪਣੇ ਬੱਚੇ ਨਾਲ ਪੰਜਾਬੀ ਬੋਲ ਕੇ ਰਾਜੀ ਹੈ ਨਹੀਂ ਆਪਾਂ ਕਿਸੇ ਨੂੰ ਕੀ ਕਹਿਣਾ ਬਾਹਰ ਦੀ ਗੱਲ ਤੇ ਬਹੁਤ ਦੂਰ ਦੀ ਆਜੇ ਪੰਜਾਬੀ ਬਾਰੇ ਵੇਖੋ ਜੀ ਕਿਸੇ ਦਾ ਵਿਚਾਰ ਤੇ ਹਲਕ ਤਹਾਡੇ ਮਤਭੇਦ ਹੋਣੇ ਅਲੱਗ ਵਿਸ਼ਾ ਕੋਈ ਇਹਦੇ ਪਿਛੇ ਰਾਜਨੀਤੀ ਕਰ ਰਿਹਾ ਮੇਰਾ ਕੋਈ ਸਬੰਧ ਨਹੀਂ ਇਹ ਗੱਲ ਨਾਲ ਮੈਂ ਤਾਂ ਸਿਰਫ ਇੰਨੀ ਗੱਲ ਕਰਦਾ ਕਿ ਜੇ ਕੋ ਪੰਜਾਬੀ ਦੀ ਗੱਲ ਕਰਦਾ ਤੇ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਇਕੱਠੇ ਹੋਣ ਦੀ ਜ਼ਰੂਰਤ ਹੈ ਹਰ ਰਾਗੀ ਪ੍ਰਚਾਰਕ ਪ੍ਰਬੰਧਕ ਜਿੰਨੇ ਵੀ ਅਸੀਂ ਹੈਗੇ ਆ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤੇ ਜਿਹੜੇ ਮਾਪੇ ਆ ਖਾਸ ਕਰਕੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਬੱਚਿਆਂ ਨਾਲ ਖੁਦ ਗੱਲਬਾਤ ਕਰੋ ਮੈਂ ਅੱਜ ਇੱਕ ਇੰਟਰਵਿਊ ਸੁਣ ਰਿਹਾ ਸੀ ਜਿੱਥੇ ਬੱਚੇ ਨੂੰ ਪੁੱਛਿਆ ਜਾ ਰਿਹਾ ਸੀ ਕਿ ਸੀ ਕਿ ਜਦੋਂ ਤੈਨੂੰ ਦਸਤਾਰ ਲਾਉਣ ਲਈ ਕਿਆ ਤੂੰ ਘਰ ਜਾ ਕੇ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ। ਤੇ ਉਸ ਬੱਚੇ ਨੇ ਕਿਹਾ ਜੀ ਮੈਂ ਆਪਣੇ ਮੰਮੀ ਡੈਡੀ ਨਾਲ ਗੱਲ ਨਹੀਂ ਕੀਤੀ। ਇੱਥੇ ਕਿਤੇ ਨਾ ਕਿਤੇ ਸਾਡੀ ਮਿਸਟੇਕ ਆ ਕਿ ਜਿੱਥੇ ਅਸੀਂ ਮਹਿੰਗੀਆਂ ਵਰਦੀਆਂ ਤੇ ਮੋਟੀਆਂ ਫੀਸਾਂ ਭਰ ਕੇ ਬੱਚਿਆਂ ਨੂੰ ਭੇਜਦੇ ਆ ਮਸ਼ੀਨਾ ਨਾ ਬਣਾਈਏ ਆਪਣੇ ਬੱਚਿਆਂ ਨੂੰ। ਉੱਥੇ ਉਹਨਾਂ ਨੂੰ ਕਿੱਲਾ ਨੰਬਰਾਂ ਵਾਲਾ ਨਾ ਵੇਖੋ ਕਿ ਤੁਹਾਡੇ ਬੱਚੇ ਦੇ 99% ਨੰਬਰ ਆ। ਕਿੱਲਾ ਮਸ਼ੀਨਾ ਬਣਾ ਕੇ ਨਾ ਤੁਸੀਂ ਬਣਾਉਣਾ ਫਿਰ ਇਹ ਨਾ ਹੋਵੇ ਕਿ ਤੇ ਉਹ ਵਕੀਲ ਜਿੱਦਾਂ ਜਿੱਦਾਂ ਰੋਪੜ ਵਾਲੇ ਵਕੀਲ ਨੇ ਪੜਿਆ ਤੇ ਉਹ ਵੀ ਸੀ ਨਾ। ਮਸ਼ੀਨਾ ਬਣਾਉਗੇ ਤਾਂ ਫਿਰ ਇਦਾਂ ਦੀ ਸਾਡੀ ਜਿਹੜੀ ਪੀੜ੍ਹੀ ਪੈਦਾ ਹੋਵੇਗੀ ਜਿਹੜੀਆਂ ਮਾਵਾ ਦੇ ਉੱਤੇ ਕਹਿਰ ਟਾਉਣ ਲੱਗਿਆਂ ਦੀ ਵੇਖੇਗੀ ਪਰ ਜੇ ਉਹਨਾਂ ਦੇ ਚੰਗੇ ਸੰਸਕਾਰ ਪੈਦਾ ਕਰੋਗੇ ਨਾ ਫਿਰ ਨੰਬਰ ਆਪਾਂ ਵਿੱਚ ਬੱਚਿਆਂ ਦੇ ਘੱਟ ਹੋਣ ਪਰ ਉਹ ਮਾਪੇ ਦੀ ਕੇਅਰ ਕਰਨਗੇ ਬੱਚੇ ਸਮਾਜ ਨੂੰ ਸੋਨਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ ਫਿਰ ਨੰਬਰਾਂ ਦੀ ਦੌੜ ਵਿੱਚ ਨਾ ਪਈਏ ਇਹ ਵੇਖੀਏ ਕਿ ਬੱਚਿਆਂ ਵਿੱਚ ਸੰਸਕਾਰ ਕਿਦਾਂ ਦੇ ਅਸੀਂ ਕਿਦਾਂ ਦੀ ਉਹਨਾਂ ਨੂੰ ਸਿੱਖਿਆ ਦੇ ਰਹੇ ਹਾਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਅਸੀਂ ਦੂਜਿਆਂ ਨੂੰ ਉਹਨਾਂ ਦੀ ਭਾਸ਼ਾ ਬੋਲਣ ਤੋਂ ਨਹੀਂ ਰੋਕਦੇ ਤੇ ਮੇਰੇ ਖਿਆਲ ਚ ਆ ਕੇ ਇੱਧਰ ਵੀ ਦਖਲ ਦੇਣ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਜਿਹੜੀ ਆ ਉਹ ਪੈਣੀ ਚਾਹੀਦੀ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਅਸੀਂ ਜੇ ਕੋ ਪੰਜਾਬੀ ਬੋਲਦਾ ਤੇ ਸਾਨੂੰ ਮਦਰ ਖਲ ਦਿੱਕਤ ਨਹੀਂ ਹੋਣੀ ਚਾਹੀਦੀ ਸਾਡੇ ਬੱਚੇ ਪੰਜਾਬੀ ਬੋਲਣ ਵਿਦੇਸ਼ਾਂ ਵਿੱਚ ਸਾਡੇ ਬਹੁਤ ਪਰਿਵਾਰ ਐਸੇ ਆ ਜਿਨ੍ਹਾਂ ਦੇ ਬੱਚੇ ਉੱਥੋਂ ਦੇ ਜੰਮੇ ਏਡੀ ਛੇਠ ਪੰਜਾਬੀ ਬੋਲਦੇ ਆ ਸਿਰਫ ਸਿਰਾ ਜਾਂਦਾ ਉਥੋਂ ਦੇ ਦਾਦਾ ਜੀ ਨੂੰ ਦਾਦੀ ਜੀ ਨੂੰ ਘਰਾਂ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ਾਂ ਵਿੱਚ ਪਾਲ ਕੇ ਜਵਾਨ ਕਰਕੇ ਵੀ ਆਪਣੀ ਮਾਤ ਭਾਸ਼ਾ ਦੇ ਨਾਲ ਆਪਣੇ ਬੱਚਿਆਂ ਨੂੰ ਜੋੜ ਕੇ ਰੱਖਿਆ ਤੇ ਜੇ ਅੱਜ ਆਪਾਂ ਨਹੀਂ ਜਾਗਾਂਗੇ ਵੇਖੋ ਜੀ ਬਹੁਤ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਗਏ ਆ ਪਰ ਹਰ ਇੱਕ ਵਿਚਾਰਵਾਨ ਨੂੰ ਪਤਾ ਕਿ ਜਿਨੇ ਸਹੀ ਤਰੀਕੇ ਨਾਲ ਅਸੀਂ ਗੁਰਮੁਖੀ ਦੇ ਵਿੱਚ ਗੁਰਬਾਣੀ ਪੰਜਾਬੀ ਵਿੱਚ ਅਸੀਂ ਪੜ੍ਹ ਉਹਦੇ ਅਰਥ ਸਮਝ ਸਕਦੇ ਆ ਦੂਜੀਆਂ ਭਾਸ਼ਾਵਾਂ ਵਿੱਚ ਸਮਝਣਾ ਸਾਨੂੰ ਥੋੜੀ ਜਿਹੀ ਦਿੱਕਤ ਆਉਂਦੀ ਆ ਤੋ ਇਸ ਕਰਕੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਇਸ ਪੱਖੋਂ ਸੁਚੇਤ ਹੋਣ ਦੀ ਜ਼ਰੂਰਤ ਆ ਜੇ ਅਸੀਂ ਨਾ ਜਾਗੇ ਤਾਂ ਫਿਰ ਅਗਲੇ ਤੇ ਚਾਹੁੰਦੇ ਆ ਕਿ ਅਸੀਂ ਸਾਰਿਆਂ ਨੂੰ ਜਿਹੜਾ ਵਾ ਇਹਦਾ ਵਪਾਰੀਕਰਨ ਕਰਦੀ ਉਹ ਹੋ ਹੀ ਗਿਆ ਵਿਦਿਆ ਦਾ ਤੇ ਪਹਿਲਾਂ ਵਪਾਰੀਕਰਨ ਹੋ ਚੁੱਕਾ ਪਰ ਸਾਨੂੰ ਇਸ ਬਹੁਤ ਪਿਕਚਰਾਂ ਵੀ ਇਹਨਾਂ ਗੱਲਾਂ ਦੇ ਉੱਤੇ ਬਣ ਚੁੱਕੀਆਂ ਚੋਟ ਵੱਜ ਚੁੱਕੀ ਹੈ ਕਿ ਅਸੀਂ ਕਦੋਂ ਜਾਗਾਂਗੇ ਕਦੋਂ ਅਸੀਂ ਇਸ ਵਿਦਿਆ ਨੂੰ ਜਿਹੜਾ ਵਾ ਜਿਹੜਾ ਵਾ ਉਹ ਅਸੀਂ ਸਮਾਜ ਨੂੰ ਸੇਹ ਦੇਣ ਵਾਸਤੇ ਇਸ ਗਿਆਨ ਦੀ ਜਿਹੜੀ ਆ ਉਹ ਵਰਤੋਂ ਕਰ ਸਕਾਂਗੇ ਤੋ ਆਓ ਆਪਾਂ ਸਾਰੇ ਜਾਗੀ ਖਾਸ ਕਰਕੇ ਮੇਰੇ ਉਹਨਾਂ ਮਾਪਿਆਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਬੱਚੇ ਜੇ ਸਕੂਲ ਚ ਵੀ ਪੜਦੇ ਆ ਉੱਥੇ ਜਾ ਕੇ ਜਰੂਰ ਪਤਾ ਕਰੋ ਕਿ ਤੁਹਾਡੇ ਬੱਚੇ ਨੂੰ ਪੰਜਾਬੀ ਬੋਲਣ ਪੜਨ ਲਿਖਣ ਵਿੱਚ ਕਿਤੇ ਰੋਕਿਆ ਤਾਂ ਨਹੀਂ ਜਾ ਰਿਹਾ ਜੇ ਰੋਕਿਆ ਜਾ ਰਿਹਾ ਮੇਰੇ ਖਿਆਲ ਜੇ ਦੋ ਤਿੰਨ ਪਰਿਵਾਰਾਂ ਦੇ ਬੱਚਿਆਂ ਦੇ ਮਾਤਾ ਪਿਤਾ ਵੀ ਜਾ ਕੇ ਖੁਦ ਗੱਲ ਕਰ ਲੈਣ ਨਾ ਤੇ ਕਿਸੇ ਨੂੰ ਦੂਜੇ ਬੰਦੇ ਨੂੰ ਵੇਜ ਜਾ ਕੇ ਦਖਲ ਦੇਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜਦੋਂ ਇੱਕ ਸਕੂਲ ਚ 4 ਬੱਚੇ ਹਟਨੇ ਆ ਨਾ ਤੇ ਨਾਲ ਹੀ ਸਕੂਲ ਦਾ ਸਾਰਾ ਸਿਸਟਮ ਹਿਲ ਜਾਣਾ ਕਿ ਸਾਡੇ ਸਕੂਲ ਚੋਂ ਬੱਚੇ ਕਿਉਂ ਪਾਸੇ ਜਾ ਰਹੇ ਤੇ ਸਾਰਾ ਕੁਝ ਸਾਰੀ ਜਿਹੜੀ ਜਿਹੜੀ ਆ ਉਹ ਗੱਡੀ ਆਪਣੇ ਆਪ ਹੀ ਲੈਣ ਤੇ ਆ ਜਾਣੀ ਜੇ ਆਪਾਂ ਥੋੜਾ ਜਿਹਾ ਇਸ ਪੱਖੋਂ ਸਾਨੂੰ ਜਾਗਣ ਦੀ ਜਰੂਰਤ ਹੈ ਆਸ ਹੈ ਆਪ ਜੀ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਅਸੀਂ ਦੂਜੀਆਂ ਭਾਸ਼ਾਵਾਂ ਨਾਲ ਨਫ਼ਰਤ ਨਹੀਂ ਕਰਦੇ ਸਾਡੇ ਬੱਚੇ ਨੂੰ ਇੰਗਲਿਸ਼ ਆਵੇ ਬਹੁਤ ਵਧੀਆ ਦੂਜੀਆਂ ਭਾਸ਼ਾਵਾਂ ਵਿੱਚ ਆਉਣ ਉਹਨਾਂ ਬੱਚਿਆਂ ਨੂੰ ਬੋਲਣੀਆਂ ਚਾਹੀਦੀਆਂ ਵਾ ਦੂਜੀਆਂ ਦੇਸ਼ਾਂ 'ਚ ਸਟੇਟਾਂ ਜਾਂਦੇ ਆ ਸਾਡੇ ਬੱਚੇ ਬੋਲਣ ਪਰ ਆਪਣੀ ਮਾਂ ਬੋਲੀ ਨਾ ਭੁੱਲੀਏ ਇਹ ਸਾਡੀ ਹੱਥ ਜੁੜ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ